ਸਰਦਾਰ ਵਿੱਚ ਕੀ ਫਰਕ ਹੁੰਦਾ? ਬਹੁਤ ਫਰਕ ਹੁੰਦਾ ਯਾਰ, ਜੈਸੇ ਪੰਜਾਬੀ ਪੰਜਾਬੀ ਹੁੰਦੇ, ਸਰਦਾਰ ਅਲੱਗ ਹੁੰਦੇ ਆ। ਲੋਕੋ ਕੋ ਕੈਸੇ ਪਤਾ ਚਲਤਾ ਹੈ? ਕਿਆ ਚੀਜ਼ ਕਿਆ? ਪੰਜਾਬੀ ਔਰ ਸਰਦਾਰ ਵਿੱਚ ਕੀ ਫਰਕ ਹੁੰਦਾ? ਸਰਦਾਰ ਤਾਂ ਦੇਖ ਕੇ ਪਤਾ ਲੱਗ ਜਾਂਦਾ ਯਾਰ, ਇਹ ਪੰਜਾਬੀ ਹੈ ਮੁੰਡਾ, ਮੈਂ ਪੰਜਾਬੀ ਹੈ, ਸਰਦਾਰ ਨੇ ਫਰਕ ਹੋ ਗਿਆ, ਫਰਕ ਹੋ ਗਿਆ। ਅੱਛਾ ਤੇ ਜੱਟ ਔਰ ਜੱਟਾਂ ਦੇ ਵਿੱਚ ਕੀ ਫਰਕ ਹੁੰਦਾ? ਜੱਟ ਔਰ ਜੱਟਾਂ ਵਿੱਚ ਜੱਟ ਇਕੱਲਾ ਹੁੰਦਾ, ਜੱਟ ਬਹੁਤ ਸਵਾਦ, ਜੱਟਾਂ ਬਹੁਤ ਸਾਰੇ ਹੁੰਦੇ ਆ। ਪਲੂਰਲ ਪਲੂਰਲ ਸਿੰਗਲ ਐਂਡ ਪਲੂਰਲ। ਇਹ ਸਰਦਾਰੋ ਪੇ ਜੋਕ ਬੜੇ ਬਣਦੇ ਹੈ ਨਾ, ਮਤਲਬ ਇਹ ਹੋਤਾ ਹੈ ਕਿ ਇਸ ਟਾਈਪ ਸੇ ਜੋਕ ਬਣਾ ਦਿਆ, ਤੋ ਸਰਦਾਰ ਹੋਤੇ ਹੈ ਐਸੇ ਯਾ ਫਿਰ ਜਾਨ ਬੁੱਝ ਕੇ ਕਰਤਾ ਕਿ ਮਾਹੌਲ ਬਣ ਸਕੇ? ਸੁਣੋ ਸੁਣੋ, ਦੇਖੋ ਜੋਕ ਬਣਾ ਕੇ ਉਹ ਇੰਨਾ ਖੁਸ਼ ਹੋ ਰਿਹਾ ਨਾ, ਖੁਸ਼ ਹੋ ਰਿਹਾ ਨਾ, ਹੱਸ ਲਓ। ਅਗਰ ਸਰਦਾਰੋ ਕੇ ਸਾਥ ਬੰਦਾ ਸੇਫ ਵੀ ਹੈ, ਹੈ ਨਾ, ਅਗਰ ਉਸ ਕੇ ਖੁਸ਼ ਹੈ, ਹੱਸ ਸਕਦਾ ਹੈ ਤੋ ਹੱਸ ਵੀ ਲਓ, ਕੋਈ ਤਕਲੀਫ ਨਹੀਂ। ਦੇਖੋ ਅਗਰ ਕੋਈ ਜੋਕ ਬਣਾ ਕੇ ਖੁਸ਼ ਹੋ ਸਕਦਾ ਤੋ ਹੱਸ ਲਓ ਨਾ, ਕਿਆ ਫਰਕ ਪੜ ਰਿਹਾ, ਹਮੇ ਕੋਈ ਪ੍ਰੋਬਲਮ ਨਹੀਂ ਹੈ। ਮੈਂ ਇਹ ਪੁੱਛ ਰਹਾ ਥਾ ਕਿ ਉਹ ਐਸੇ ਹੋਤੇ ਹੈ ਫਿਰ ਜਾਨ ਬੁੱਝ ਕੇ ਕਰਤੇ ਤਾਂ ਕਿ ਹੱਸ ਸਕੇ ਲੋਕ? ਨਹੀਂ ਯਾਰ, ਪਾਗਲ ਤੋ ਨਹੀਂ ਹੋਤੇ, ਪਾਗਲ ਨਹੀਂ ਹੋਤੇ, ਦਲੇਰ ਹੋਤੇ ਹੈ, ਡੇਰਿੰਗ ਹੋਤੇ ਹੈ, ਹਸੀ ਹਸਮੁਖ ਹੋਤੇ ਹੈ, ਪਰ ਕਿਆ ਹੈ ਕਿਸੀ ਕੋ ਤੁਮ ਕੈਸੇ ਵੀ ਛੇੜ ਸਕਤੇ ਹੋ, ਛੇੜਨੇ ਕੀ ਬਾਤ ਹੋਤੀ ਹੈ, ਬਸ ਔਰ ਕੁਛ ਨਹੀਂ। ਕੋਈ ਗੱਲ ਨਹੀਂ, ਸਾਡੇ ਇਲਾਵਾ ਨਹੀਂ ਜਾਣਗੇ, ਗੱਡੀ ਜਾਂਦੀ ਸਾਡੇ ਨਾਲ ਉਹ ਜਾਣਾ ਉਹਨਾਂ ਨੇ। ਅੱਛਾ, ਇਹ ਸਰਦਾਰ ਕੇ ਬੱਚੇ ਨਾ ਬੜੇ ਕਿਊਟ ਹੁੰਦੇ, ਮਤਲਬ ਮੈਨੇ ਦੇਖਾ ਹੈ ਕਿ ਛੋਟੇ ਬੱਚੇ ਕਿਊਟ ਹੁੰਦੇ ਹੈ ਯਾਰ, ਇਹ ਗਲਤ ਹੈ, ਬੱਚੇ ਸਾਰੇ ਕਿਊਟ ਹੁੰਦੇ ਹੈ, ਸਰਦਾਰ ਜੀ ਛੋਟੇ ਬੱਚੇ ਸਾਰੇ ਕਿਊਟ ਹੁੰਦੇ ਹੈ, ਬੱਚੇ ਅੱਛੇ ਹੁੰਦੇ, ਬੱਚੇ ਭਗਵਾਨ ਕਾ ਰੂਪ ਹੁੰਦੇ ਹੈ। ਲਾਸਟ ਕੁਐਸਚਨ, ਇੱਕ ਕੁਐਸਚਨ ਸੇ ਬੜਨੇ ਬੜਾ ਆਫੈਂਸ ਦੇਖਾ ਹੈ ਸਰਦਾਰ ਜੀ ਮੈਂ, ਕਿ ਯੂਜੂਅਲੀ ਲੋਕ ਬੋਲਦੇ ਥੇ 12 ਵਜ ਗਏ ਕਾਈਂਡ ਆਫ, ਕਿਉਂ? ਐਕਚੁਅਲੀ ਪਤਾ ਕਿਸੇ ਕੋ ਮਿਥ, ਇਹ ਐਕਚੁਅਲੀ ਕਿਸੇ ਕੋ ਪਤਾ ਨਹੀਂ ਹੈ, ਇਹ ਇੱਕ ਮਿਥ ਬਣ ਗਈ ਹੈ। ਪਹਿਲੇ ਕਿਆ ਹੁੰਦਾ ਥਾ, ਰਾਤ ਕੋ 12 ਵਜੇ ਸੇ ਲੈ ਕੇ 12 ਵਜੇ ਸੇ ਸਰਦਾਰ ਕੋ ਪਹਿਰਾ ਚਲਤਾ ਥਾ, ਉਸ ਸਮੇਂ ਜੋ ਮੁਗਲੋ ਕਾ ਰਾਜ ਥਾ, ਤਬ ਕਿਆ ਕਹਤੇ ਹੈ, ਬਹੂ ਬੇਟੇ ਕੋ ਉਠਾ ਲਿਆ ਕਰਤੇ ਥੇ, ਤੋ ਰਾਤ ਕੋ 12 ਵਜੇ ਸੇ ਡਿਊਟੀ ਦਿਆ ਕਰਤੇ ਥੇ, ਤੋ ਬ੍ਰਿਟਿਸ਼ ਇਸ ਵਜ੍ਹਾ ਸੇ ਬੜੇ ਔਰ ਮੁਗਲ ਬੜੇ ਨਾ ਇਸ ਵਜ੍ਹਾ ਤੰਗ ਥੇ, ਤੋ ਉਹਨਾਂ ਨੇ ਫਿਰ ਇਸ ਬਾਤ ਦੇ ਜੋਕ ਬਣਾ ਦਿਆ ਕਿ ਇਨਕੋ ਐਸੀ ਕਰਕੇ ਦਬਾਓ ਆ ਜਾਏਗੀ, ਇਨਕੋ ਐਸੀ ਕਰਕੇ ਦਬਾਓ, 12 ਵਜੇ ਤੋ ਮਾਰਾ ਥਾ ਨਾ ਉਨਕੋ ਕਾਫੀ, ਹਾਂ ਮੀਨਸ ਕਿ ਵਹੀ ਜਾਏਗੇ, ਉਹ ਆ ਜਾਏਗੇ, ਤੋ ਇਸ ਲਈ ਥੋੜਾ ਸਾ ਉਸ ਸੇ ਪਹਿਲੇ ਉਹ ਡਰਤੇ ਥੇ ਕਿ ਭਈਆ 12 ਵਜੇ ਹੈ, ਅਬ ਤੋ ਕੋਈ ਗਲਤ ਕੰਮ ਨਹੀਂ ਕਰ ਸਕਦੇ, ਹਮ ਲੋਗ ਖੌਫ ਥਾ, ਪਰ ਉਹ ਮਿਥ ਬਣਾ ਦੀ ਉਹਨਾਂ ਨੇ ਇਸ ਕਰਕੇ ਕਿ ਤਾਂ ਕਿ ਇਹ ਇਨਕੇ ਆਪਸ ਮੇਂ ਦੁਸ਼ਮਣੀ ਹੋ ਜਾਏ, ਪਰ ਕਿਆ ਫਰਕ ਪੜਦਾ ਹੈ, ਆਪਨੇ ਕੋਈ ਫਰਕ ਨਹੀਂ ਪੜਦਾ। ਗਾਲੀਆਂ ਕਿਤੇ ਦੇਤੇ ਹੈ, ਇਤਨੀ ਸਾਰੀ ਗਾਲੀਆਂ ਵੀ ਦੇਤੇ ਹਰ ਬਾਤ ਮੇਂ, ਗਾਲੀਆਂ ਤੇਰੀ ਮਾਂ ਦੀ, ਤੇਰੀ ਭੈਣ ਦੀ, ਉਹ ਤਾਂ ਸਭੀ ਦੇਤੇ ਹੈ, ਪਿਆਰ ਹੈ ਉਹ, ਪਿਆਰ ਹੈ ਦੇਤੇ ਹੈ, ਕਹਿੰਦੇ ਤੇਰੀ ਮਾਂ ਦੀ ਮੇਰੀ ਮਾਂ ਸਭ ਬਰਾਬਰ। ਚਲੋ ਠੀਕ ਹੈ ਯਾਰ, ਓਕੇ।